ਨਾਨਕ ਹੋਵੇ ਜੇ ਬੁਝੇ ਤਾਂ ਹਉਮੈ ਰਹੇ ਨਾ ਕੋਈ, ਹੈ ਨਾ। ਅਤੇ ਉਹ ਫਿਰ ਹੋ ਵਿੱਚ ਨਹੀਂ ਰਹਿੰਦਾ ਫਿਰ ਬੰਦਾ, ਹੈ ਨਾ, ਉਹਦੇ ਵਿੱਚ ਫਿਰ ਆਪਣੇ ਆਪ ਉਹਦੇ 'ਚੋਂ ਫਿਰ ਨਿਕਲਣਾ ਸ਼ੁਰੂ ਹੋ ਜਾਂਦਾ। ਫਿਰ ਉਹ ਪਤਾ ਲੱਗਣ ਲੱਗ ਪੈਂਦਾ ਕਿ ਕਹਾਣੀ ਤਾਂ ਹੋ ਰਿਹਾ, ਮੈਂ ਹੋਰ ਇੱਕ ਪਾਸੇ ਤੁਰਿਆ ਫਿਰਦਾ। ਤਾਂ ਤੁਰਿਆ ਫਿਰਦਾ ਨਾ ਉਹ, ਗੁਰਬਾਣੀ ਹੈਗੀ ਕਈ ਸੰਦਰਭ ਦੇ ਵਿੱਚ ਲਿਖੀ ਵੀ, ਜੀ 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 ਬਿਲਕੁਲ। ਉਹ ਕਿਤੇ ਜਿਹੜੀ ਅਵਸਥਾ ਦੇ ਵਿੱਚ ਸੀ ਉਸ ਟਾਈਮ ਦੇ ਵਿੱਚ ਉਹਨਾਂ ਨੇ ਉਹ ਅਵਸਥਾ ਦੇ ਵਿੱਚ ਲਿਖੀ, ਉੱਥੇ ਤੋਂ ਲੈ ਕੇ ਗਾਹਾਂ ਦੇ ਗਾਹਾਂ ਤੱਕ ਗਿਆਨ ਹੋਈ ਗਿਆ। ਜੀ 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 ਪੁਆਇੰਟ ਇਹ ਵੀ ਦੇ ਵਿੱਚ ਤਾਂ ਜਾ ਕੇ ਜਿੱਥੇ ਹੁਕਮ ਵਾਲੀ ਗੱਲ, ਉੱਥੇ ਤਾਂ ਉਹਨਾਂ ਨੇ ਹਥਿਆਰ ਹੀ ਸੁੱਟਤੇ ਨਾ ਜਾ ਕੇ ਜਮਾ ਹੀ, ਜੀ ਹੈ ਨਾ ਜੀ। ਜੀ ਅਸਲ ਵਿੱਚ ਉਹ ਉਹਨਾਂ ਪਹੁੰਚ ਕੇ ਲਿਖੀ ਆ, ਉਹਨਾਂ ਨੇ ਹਾਂ ਨਾ ਬਿਲਕੁਲ ਲਿਖੀ ਆ। ਬਿਲਕੁਲ ਆਪਾਂ ਹਲੇ ਤੁਰੇ ਵੀ ਨਹੀਂ ਹੈਗੇ ਤਾਂ ਅਸੀਂ ਕਹਿੰਦੇ ਹਾਂ ਗੁਰਬਾਣੀ ਤਾਂ ਇੱਦਾਂ ਕਹਿੰਦੀ, ਅਸੀਂ ਇੱਦਾਂ ਕਰਨਾ ਨਹੀਂ, ਹਾਂਜੀ ਹਾਂਜੀ ਇੱਦਾਂ ਹਾਂਜੀ ਥੋੜ੍ਹਾ, ਹੈ ਨਾ। ਉਹਨਾਂ ਨੇ ਤਾਂ ਪਹੁੰਚ ਕੇ ਆਪਣਾ ਐਕਸਪੀਰੀਅੰਸ ਲਿਖਿਆ, ਹਾਂਜੀ 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 ਹਲੇ ਹਾਂਜੀ ਤੁਰੇ ਵੀ ਨਹੀਂ ਆ, ਤੁਸੀਂ ਪਹਿਲੇ ਕਹੀ ਜਾਂਦੇ ਗੁਰਬਾਣੀ ਇੱਦਾਂ ਕਹਿੰਦੀ ਭਾਈ। ਬਿਲਕੁਲ ਬਿਲਕੁਲ, ਉਹਨਾਂ ਨੇ ਤਾਂ ਰਾਹ ਬਣਾਤੇ ਨਾ ਜੀ, ਸ਼ੁਰੂਆਤ ਦੇ ਵਿੱਚ ਕਿਵੇਂ ਤੇ ਕਿਵੇਂ ਚੱਲਣਾ ਤੇ ਐਂਡ ਦੇ ਵਿੱਚ ਕਿਵੇਂ ਰੁਕਣਾ, ਹੈ ਨਾ। ਲੇਕਿਨ ਅਸੀਂ ਪਹਿਲੇ ਹੀ ਜਿਹੜੇ ਵਿੱਚ ਵਿਚਾਲੇ ਗੱਲਾਂ ਚੱਕ ਕੇ ਨਾ ਅਸੀਂ ਵਿੱਚ ਫਸ ਜਾਂਦੇ ਹਾਂ, ਜੀ ਜੀ ਉਹ ਜਿਹੜੀ ਐਂਡ ਵਾਲੀ ਮੰਜ਼ਿਲ ਹੈ ਜਿਹੜੀ ਹੁਕਮਾਂ ਦੇ, ਜਿਵੇਂ ਤੁਸੀਂ ਨੇ ਕਿਹਾ ਹੁਕਮ ਦੇ ਭਾਣਾ ਹੈ ਇੱਕੋ, ਆਹ ਜੀ ਉਹ ਸਮਝ ਜਦੋਂ ਲੱਗੂਗੀ, ਜਦੋਂ ਬੰਦਾ ਇੱਧਰ ਨੂੰ ਤੁਰਨਾ ਸ਼ੁਰੂ ਕਰੂਗਾ ਤੇ ਫਿਰ ਉਹਦੇ ਬਾਅਦ ਹੌਲੀ ਹੌਲੀ ਆਪਣੇ ਆਪ ਨੂੰ ਖਾਲੀ ਕਰਨ ਨਾਲ ਕੀ ਹੁੰਦਾ, ਤੁਸੀਂ ਸਿੱਖਦੇ ਜਾਈ ਜਾਂਦੇ ਹੈ। ਜੀ ਭਾਂਡਾ ਖਾਲੀ ਕਰਨਾ ਪਹਿਲਾਂ, ਜੀ ਬਿਲਕੁਲ ਹਾਂਜੀ ਹਾਂਜੀ, ਉਹ ਦੰਦਾ ਨਹੀਂ ਥੱਕਦਾ, ਤੁਸੀਂ ਲੰਦੇ ਨਹੀਂ ਥੱਕਦੇ। ਬਿਲਕੁਲ, ਇੱਕ ਉਹੀ ਗੱਲ ਹੋ ਜਾਂਦੀ ਜਿੱਦਾਂ ਆਪਾਂ ਪਾਣੀ ਦਾ ਗਲਾਸ ਭਰਿਆ ਹੋਇਆ ਤੇ ਆਪਾਂ ਉਹਦੇ ਵਿੱਚ ਹੋਰ ਪਾਣੀ ਪਾਉਣਾ ਚਾਹੁੰਦੇ ਹਾਂ ਨਾ, ਤਾਂ ਸਾਨੂੰ ਜੇ ਪਾਣੀ ਜੇ ਹੋਰ ਪੈਣਾ ਤਾਂ ਉਹਨੂੰ ਪਹਿਲਾਂ ਖਾਲੀ ਕਰਨਾ ਪੈਣਾ, ਉਹਦਾ ਘੁੱਟ ਪੀਣਾ ਪੈਣਾ, ਹੈ ਨਾ, ਫੇਰ ਹੀ ਹੋਰ ਪੈਣਾ ਆ, ਹੈ ਨਾ। ਤੇ ਜੇ ਅਸੀਂ ਭਰੇ ਵਿੱਚ ਹੋਰ ਪਾਈ ਜਾਵੇ ਤਾਂ ਡੁੱਲਣਾ ਹੀ ਆ। ਸਹੀ ਗੱਲ ਹੈ ਜੀ, ਫਿਰ ਇਸੇ ਲਈ ਸਾਨੂੰ ਫਿਰ ਇਹ ਉਹ ਬਿਲਕੁਲ ਉਹੀ ਗੱਲ ਹੈ, ਉਹ ਦਿੰਦਾ ਨਹੀਂ ਥੱਕਦਾ, ਤੁਸੀਂ ਲੈਂਦੇ ਨਹੀਂ ਥੱਕਦੇ ਨਾ। ਜੀ ਬਿਲਕੁਲ, ਜਪਜੀ ਸਾਹਿਬ ਵਿੱਚ ਪਾਤਸ਼ਾਹ ਨੇ ਕਿਹਾ ਪਹਿਲੇ ਪਾਤਸ਼ਾਹ ਨੇ ਇਹ ਗੱਲ, ਹੈ ਨਾ, ਭਾਈ ਜੁਗਾ ਜੁਗੰਤਰ ਕਾਹੀ ਕਾ ਹੁਕਮ ਹੀ ਹੁਕਮ ਚਲਾਓ, ਨਾਨਕ ਵਿਖਸੇ ਬੇਪਰਵਾਹ। ਤੇ ਉਹ ਫਿਰ ਇੱਦਾਂ ਹੀ ਆ, ਉਹ ਸਾਰਾ ਕੁਛ ਹਾਂਜੀ ਬੇਪਰਵਾਹ ਹੋ ਕੇ ਚੱਲਣਾ ਪੈਂਦਾ, ਫਿਰ ਜਾ ਕੇ ਕਿਤੇ ਗੱਲ ਬਣਦੀ ਆ। ਬਿਲਕੁਲ, ਇਹ ਖੇਡ ਜਿਹੜੀ ਖੇਡ ਤਾਂ ਹੈਗੀ ਸਿੱਧੀ ਜਿਹੀ, ਪਰ ਅਸੀਂ ਇਹਨੂੰ ਇਸ ਤਰ੍ਹਾਂ ਬਣਾ ਲਿਆ ਕਿ ਸਾਨੂੰ ਪਤਾ ਨਹੀਂ ਲੱਗਦਾ।